जी अगली खबर पर चलिए। आज न्यूयॉर्क टाइम ने एक बहुत बड़ी स्टोरी छापी है कि किस तरह लोग इंडिया दे विच ब्याह करा के भज्जियां दे आ, खास करके मुंडे, ते फिर वो अपनी वाइफ जो आ उन्हां नूं बुलांदे नहीं हैगे, जां उन्हां तों पैसे मंगदे आ, डोरी मंगदे हैगे आ, ते बहुत हजारां दी गिणती दे विच कहिंदे भई इह जो कुड़ियां हैगियां आ उह उत्थे स्टक हैगियां आ, ਜਾਂ ਆਪਣੇ ਸਹੁਰਾ ਪਰਿਵਾਰ ਚ ਜਾਂ ਆਪਣੇ ਪੇਕੇ ਪਰਿਵਾਰ ਦੇ ਵਿੱਚ। ਸੋ ਸਟੋਰੀ ਮੋਸਟਲੀ ਇਹ ਪੰਜਾਬ ਨਾਲ ਰਿਲੇਟਡ ਰਨ ਕੀਤੀ ਆ ਨਿਊਯਾਰਕ ਟਾਈਮ ਨੇ, ਬੜੀ ਬਦਨਾਮੀ ਵਾਲੀ ਗੱਲ ਆ। ਦੇਖੋ ਵੀ ਇੱਦਾਂ ਜਾ ਕੇ ਜਿਹੜੇ ਆਪਣੇ ਲੋਕ ਕਰਦੇ ਹੈਗੇ ਆ, ਉਹਨਾਂ ਨੇ ਦੱਸਿਆ ਵੀ ਇੱਕ ਬੀਬੀ ਦਾ ਵਿਆਹ 2014 ਚ ਹੋਇਆ ਸੀ, ਤੇ ਗੁਰਦੁਆਰਾ ਸਾਹਿਬ ਚ, ਉਹ ਤੋਂ ਬਾਅਦ ਹੁਣ ਇਟਲੀ ਜਾਣਾ ਸੀ, ਤੇ ਉਹ ਉੱਥੇ ਜਦੋਂ ਇਟਲੀ ਪਰਾਉਣਾ ਉਹਦਾ ਚਲਾ ਗਿਆ, ਆਲਰੇਡੀ ਉਹ ਉੱਥੇ ਸੀਗਾ। ਉਹ ਤੋਂ ਬਾਅਦ ਉਸਨੇ ਕਿਹਾ ਵੀ $10,000 ਭੇਜੋ, ਮੈਂ ਕੈਨੇਡਾ ਜਾਣਾ। ਹੋਰ ਪੈਸੇ ਮੰਗਦਾ ਰਿਹਾ, ਕਦੇ ਕੁੱਟਦੇ ਵੀ ਸੀ ਉਹਦੇ ਘਰ ਵਾਲੇ ਜਿਹੜੇ ਜਿੱਥੇ ਉਹ ਸਹੁਰਾ ਪਰਿਵਾਰ ਸੀਗਾ। 8 ਹਫ਼ਤਿਆਂ ਬਾਅਦ ਉਹਦਾ ਜਿਹੜਾ ਜੋਬ ਹਸਬੈਂਡ ਸੀ ਉਹ ਇਟਲੀ ਦੇ ਵਿੱਚ ਡੇਅਰੀ ਦੇ ਵਿੱਚ ਜੋਬ ਕਰਨ ਲੱਗ ਪਿਆ, ਤੇ ਮੁੜ ਕੇ ਉਹਦੀ ਕੋਈ ਜਿਹੜੀ ਆ ਗੱਲਬਾਤ ਨਹੀਂ ਹੋਈ ਹੈਗੀ। ਇਸੇ ਤਰ੍ਹਾਂ ਬਹੁਤ ਹੋਰ ਸਟੋਰੀਆਂ ਵੀ, ਕੋਈ ਕੈਨੇਡਾ ਤੋਂ ਗਿਆ ਸੀ, ਇੱਕ ਦਾ ਤਾਂ ਇਹ ਵੀ ਦੱਸਿਆ ਗਿਆ ਵੀ 1999 ਦੇ ਵਿੱਚ ਵਿਆਹ ਹੋਇਆ ਸੀ, ਹਜੇ ਵੀ ਉਹ ਜਿਹੜੀ ਲੇਡੀ ਆ ਉਹ ਆਪਣੇ ਸਹੁਰਾ ਪਰਿਵਾਰ ਕੋਲ ਰਹਿ ਰਹੀ ਆ, ਤੇ ਉਹ 1999 ਤੋਂ ਕਹਿੰਦੀ ਵੀ ਮੈਂ ਆਪਣੇ ਸੱਸ ਸਹੁਰੇ ਦੀ ਸੇਵਾ ਕਰੀ ਜਾਂਦੀ, ਪਰ ਮੇਰਾ ਹਸਬੈਂਡ ਮੁੜ ਕੇ ਜਿਹੜਾ ਆ ਉਹ ਪੰਜਾਬ ਨਹੀਂ ਆਇਆ ਹੈਗਾ। ਸੋ ਬਹੁਤ ਹੀ ਦਰਦਨਾਕ ਸਟੋਰੀ ਨਿਊਯਾਰਕ ਟਾਈਮ ਨੇ ਅੱਜ ਇਹ ਛਾਪੀ ਆ। ਉਹਨਾਂ ਨੇ ਇਹ ਕਿਹਾ ਵੀ 30,000 ਤੋਂ ਵੱਧ ਕੇਸ ਇੱਦਾਂ ਦੇ ਹੈਗੇ ਆ ਪੰਜਾਬ ਦੇ ਵਿੱਚ ਇਕੱਲੇ ਚ, ਜਿਹੜੇ ਲੋਕਾਂ ਨੇ ਵਿਆਹ ਕਰਕੇ ਉੱਥੇ ਜੋ ਲੜਕੀਆਂ ਆ ਉਹਨਾਂ ਨੂੰ ਛੱਡ ਦਿੱਤਾ ਆ। ਕਿੰਨੀ ਜਿਹੜੀ ਸ਼ਰਮ ਵਾਲੀ ਗੱਲ ਹੈਗੀ ਆ। ਹੁਣ 8 ਜਣੀਆਂ ਨੇ ਇੰਡੀਆ ਦੀ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਲਾਇਆ ਹੈਗਾ ਵੀ ਸਾਡੇ ਨਾਲ ਜੋ ਆ ਇਨਸਾਫ਼ ਕੀਤਾ ਜਾਵੇ, ਕਿਉਂਕਿ ਪ੍ਰੋਬਲਮ ਕੀ ਆ, ਜੋ ਉੱਥੇ ਦੇ ਆਫੀਸ਼ੀਅਲਸ ਆ ਉਹ ਕਹਿੰਦੇ ਵੀ ਜਦੋਂ ਲੋਕ ਵਿਆਹ ਕਰਕੇ ਬਾਹਰ ਚਲੇ ਜਾਂਦੇ ਆ ਸਾਡੇ ਕੋਲ ਵਾਲੀਆਂ ਆਪਸ਼ਨਸ ਨਹੀਂ ਹੁੰਦੀਆਂ ਉਹਨਾਂ ਨੂੰ ਅਰੈਸਟ ਕਰਨ ਦੀਆਂ ਜਾਂ ਕੀ ਕੀਤਾ ਜਾਵੇ। ਸੋ ਹੁਣ ਦੇਖਦੇ ਹਾਂ ਵੀ ਸੁਪਰੀਮ ਕੋਰਟ ਜੋ ਇੰਡੀਆ ਦੀ ਆ ਉਹ ਕੀ ਡਿਸੀਜਨ ਇਸ ਮਾਮਲੇ ਦੇ ਵਿੱਚ ਦਿੰਦੀ ਹੈਗੀ ਆ। ਪਰ ਬਹੁਤ ਹੀ ਦਰਦਨਾਕ ਸਟੋਰੀ ਅੱਜ ਨਿਊਯਾਰਕ ਟਾਈਮ ਨੇ ਰਨ ਕੀਤੀ ਆ, ਤੇ ਸਾਰੇ ਹੀ ਜਿੰਨੇ ਕੇਸ ਉਹਨੇ 8-10 ਦੱਸੇ ਆ ਸਾਰੇ ਹੀ ਪੰਜਾਬੀਆਂ ਦੇ ਆ। ਕਿਸੇ ਦਾ ਟਾਈਮ ਲੱਗਿਆ ਤਾਂ ਪੜ੍ਹਿਓ ਜ਼ਰੂਰ, ਮੈਰਿਡ ਫਾਰ ਲਾਈਫ ਅਬਰੋਡ ਬਟ ਦੇ ਨੈਵਰ ਸਾ ਦੇਅਰ ਹਸਬੈਂਡਸ ਅਗੇਨ। ਵੀ ਵਿਆਹ ਤਾਂ ਉਹਨੇ ਕਰਾ ਲਿਆ ਵੀ ਬਾਹਰ ਜਾਣਾ ਆ, ਪਰ ਆਪਣੇ ਹਸਬੈਂਡ ਨੂੰ ਮੁੜ ਕੇ ਕਦੇ ਨੀ ਦੇਖਿਆ। 30,000 ਤੋਂ ਵੱਧ ਲੜਕੀਆਂ ਇਸ ਜ਼ੁਲਮ ਦਾ ਸ਼ਿਕਾਰ ਹੈਗੀ। ਜੀ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇੱਕ ਕੈਨੇਡਾ ਅਮਰੀਕਾ ਦੇ, ਜਿਵੇਂ ਤੁਸੀਂ ਜ਼ਿਕਰ ਕੀਤਾ, ਕੈਨੇਡੀਅਨ ਵਿਦਿਆਰਥੀਆਂ ਦੀ ਜਿਨ੍ਹਾਂ 'ਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ। ਸੀਨ ਫਰੇਜ਼ਰ ਦਾ ਜਿਹੜਾ ਵਿਆਹ